ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰਾਂ ਟੀਵੀ ਤੇ ਮੈਂ ਆ ਸੁਖਵਿੰਦਰਸ਼ਰਗਿੱਲ। ਅੱਜ ਪੰਜਾਬ ਦੇ ਜਿਹੜੇ ਅਹਿਮ ਮੁੱਦਿਆਂ ਤੇ ਗੱਲ ਕਰਨੀ ਹੈ ਉਹ ਹੈ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜੇ ਹੋਏ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਤੇ ਜੇਕਰ ਉਹ ਪਾਰਟੀ ਬਣਾ ਲੈਂਦੇ ਨੇ ਤਾਂ ਉਹਨਾਂ ਦਾ ਕੀ ਇੰਪੈਕਟ ਹੈ ਜਿਹੜੀ ਸਿਆਸਤ ਉੱਤੇ ਰਹੇਗਾ, ਜਾਂ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਜਾਣਗੇ ਤੇ ਉਹਨਾਂ ਨੂੰ ਲੀਡ ਕਰਨਗੇ। ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਇੱਕ ਨਵੀਂ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਉਹ ਪਿੰਡ ਪਿੰਡ ਮੁਹੱਲਿਆਂ ਦੇ ਵਿੱਚ ਜਾ ਕੇ ਸੰਵਿਧਾਨ ਬਾਰੇ ਜਾਣੂ ਕਰਵਾਵੇਗੀ। ਇਹਨਾਂ ਦੋਵੇਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਰਾਏਪੁਰ ਜੀ। ਪਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਸਭ ਦੀ ਨਜ਼ਰ ਬਣੀ ਹੋਈ ਹੈ। ਇੱਕ ਜਿਹੜਾ ਧੜਾ ਉਹ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਜਿਹੜੀ ਪਾਰਟੀ ਬਣਾਉਣ ਜਾ ਰਹੇ ਨੇ ਤੇ ਦੂਸਰੇ ਪਾਸੇ ਇਹ ਵੀ ਕਿਆਸ ਰਾਈਆਂ ਨੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਜਾ ਸਕਦੇ ਆ। ਤੁਹਾਨੂੰ ਕੀ ਲੱਗਦਾ ਕਿ ਉਹ ਨਵੀਂ ਪਾਰਟੀ ਬਣਾਉਣਗੇ ਜਾਂ ਅਕਾਲੀ ਦਲ ਸੰਯੁਕਤ ਦੇ ਵਿੱਚ ਜਾਣਗੇ, ਜਾਂ ਫਿਰ ਦੋਵਾਂ ਦੇ ਚੱਲ ਸਕਦੇ ਆ, ਪੈਰਲ ਚੱਲ ਸਕਦੇ ਆ ਕਿ ਉਹਨਾਂ ਨੂੰ ਹਮਾਇਤ ਦੇ ਦੇਣ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਫਿਲਹਾਲ ਤਾਂ ਕਿਆਸ ਰਾਈਆਂ ਹੀ ਨੇ ਸੁਖਵਿੰਦਰ ਜੀ। ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਛੱਡੀ ਹੈ ਵੀ ਮੈਂ ਕਾਂਗਰਸ ਦੇ ਵਿੱਚ ਨਹੀਂ ਰਹਿਣਾ, ਪਹਿਲਾਂ ਤਾਂ ਇਹਦੇ 'ਤੇ ਹੀ ਵਰਕ ਹੋਏਗਾ। ਹਾਲੇ ਤਾਂ ਹਾਈਕਮਾਂਡ ਦਾ ਕੋਈ ਫੈਸਲਾ ਨਹੀਂ ਆਇਆ, ਹਾਲੇ ਹਾਈਕਮਾਂਡ ਨੇ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਇਆ ਨਹੀਂ ਜਾਂ ਗੱਲਬਾਤ ਨਹੀਂ ਕੀਤੀ। ਜਿੱਦਾਂ ਜਿੱਦਾਂ ਸੀਨੀਅਰ ਜਿਹੜੇ ਕਾਂਗਰਸ ਦੇ ਰਹੇ ਨੇ, ਕਪਿਲ ਸਿੱਬਲ ਵਰਗੇ ਨੇ ਜਾਂ ਨਟਵਰ ਸਿੰਘ ਦਾ ਬਿਆਨ ਆਇਆ, ਤੇ ਇਹਨਾਂ ਨੇ ਇਹਦੀ ਪਿੱਠ ਥਪਤ ਪਾਈ ਹੈ ਇੱਕ ਤਰ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ। ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਵਿੱਚ ਬੜਾ ਕੁਛ ਹੈ। ਜਿੱਦਾਂ ਨਵਜੋਤ ਸਿੰਘ ਸਿੱਧੂ ਅਸਤੀਫਾ ਦੇਣ ਦੀ ਗੱਲ ਕਰਦਾ ਜਾਂ ਅਸਤੀਫਾ ਦੇ ਕੇ ਹਾਈਕਮਾਂਡ ਨੂੰ ਆਪਣੇ ਪੱਖ ਵਿੱਚ ਭੁਗਤਣ ਲਈ ਮਜਬੂਰ ਕਰਦਾ, ਹੋ ਸਕਦਾ ਕਿ ਜਿੱਦਾਂ ਪਹਿਲਾਂ ਵਿਕੀਪੀਡੀਆ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਲਿਖਿਆ ਜਾਣਾ, ਕੈਪਟਨ ਅਮਰਿੰਦਰ ਸਿੰਘ ਦੇ ਵਿਕੀਪੀਡੀਆ ਤੇ ਲਿਖਿਆ ਜਾਣਾ ਕਿ ਪ੍ਰੈਜੈਂਟ ਪਾਰਟੀ ਪੋਲੀਟੀਕਲ ਪਾਰਟੀ ਜਿਹੜੀ ਹੈ ਉਹ ਬੀਜੇਪੀ ਹੈ, ਤੇ ਉਹਨੂੰ ਦੁਪਹਿਰ ਤੋਂ ਬਾਅਦ ਹਟ ਜਾਣਾ ਉਸ ਚੀਜ਼ ਦਾ, ਤੇ ਦੂਜਾ ਇਕਦਮ ਜਾ ਕੇ ਅਮਿਤ ਸ਼ਾਹ ਨਾਲ ਜਾਂ ਅਜੀਤ ਡੋਵਾਲ ਨਾਲ ਮੀਟਿੰਗਾਂ ਕਰਨੀਆਂ, ਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਨਾਲ ਵੀ ਮੀਟਿੰਗ ਹੋਵੇ, ਤੇ ਇੱਕ ਪਾਸੇ ਕੰਡੈਮ ਕਰੀ ਜਾਣਾ ਆਪਣੀ ਗੱਲ ਨੂੰ ਕਿ ਮੈਂ ਬੀਜੇਪੀ 'ਚ ਨਹੀਂ ਜਾਊਂਗਾ, ਤੇ ਇਹ ਵੀ ਕਿਹਾ ਜਾਣਾ ਕਿ ਮੈਂ ਕਾਂਗਰਸ ਦੇ ਵਿੱਚ ਵੀ ਨਹੀਂ ਰਹਿਣਾ। ਇਹ ਇੱਕ ਵਿਚਾਰ ਛੱਡਣ ਦੀ ਵੀ ਗੱਲ ਹੁੰਦੀ ਹੈ ਹਾਈਕਮਾਂਡ ਤੱਕ ਆਪਣੀ ਗੱਲ ਪਹੁੰਚਾਉਣ ਲਈ, ਕਿ ਹਾਈਕਮਾਂਡ ਸੋਚਣ ਲਈ ਮਜਬੂਰ ਹੋਵੇ ਕਿ ਜੇ ਪਾਰਟੀ ਦੇ ਵਿੱਚੋਂ ਇਸ ਤਰ੍ਹਾਂ ਸੀਨੀਅਰ ਬੰਦੇ ਜਿੱਦਾਂ ਰੌਲਾ ਪੈਣ ਲੱਗ ਗਿਆ ਹੁਣ ਹਾਈ ਲੈਵਲ ਤੇ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੀ ਦੇ ਵਿੱਚ ਰੌਲਾ ਪਿਆ, ਕਿ ਇੱਦਾਂ ਜੇ ਸੀਨੀਅਰ ਬੰਦੇ ਹਟ ਗਏ ਤਾਂ ਕਿਤੇ ਨਾ ਕਿਤੇ ਕੋਈ ਲਾਪਰਵਾਹੀ ਹੋ ਰਹੀ ਹੈ ਜਾਂ ਕੋਈ ਅਨੁਭਵਹੀਣ ਬੰਦਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਰਿਹਾ। ਉਹ ਗੱਲਾਂ ਤਾਂ ਹੋਣ ਲੱਗ ਗਈਆਂ, ਹੁਣ ਉਹਨਾਂ ਗੱਲਾਂ ਦਾ ਪ੍ਰਭਾਵ ਤਾਂ ਪੈਣਾ ਹੀ ਪੈਣਾ ਨਾ। ਹੋ ਸਕਦਾ ਕਿ ਵਿਚਾਰਧਾਰਾ ਛੱਡੀ ਗਈ ਹੋਵੇ ਆਪਣੇ ਵੱਲੋਂ, ਇੱਕ ਵਿਚਾਰ ਛੱਡਿਆ ਗਿਆ ਹੋਵੇ ਵੀ ਇਹਦੇ 'ਤੇ ਕੋਈ ਗੱਲ ਹੋਵੇ ਤੇ ਮੈਨੂੰ ਦੁਬਾਰਾ ਕੋਈ ਮੌਕਾ ਮਿਲੇ ਤੇ ਮੈਨੂੰ ਕੋਈ ਵੱਡੀ ਪਦਵੀ ਔਫਰ ਹੋਵੇ ਕੋਈ ਅੱਛਾ ਸੀਐਮ ਤੋਂ ਉੱਪਰ ਜਾ ਕੇ, ਤਾਂ ਉਹ ਵੀ ਹੈ ਇੱਕ ਗੱਲ, ਇੱਕ ਵੀ ਹਾਈਕਮਾਂਡ ਨੂੰ ਸੰਕੇਤ ਦੇਣਾ। ਦੂਜੀ ਗੱਲ ਜਿਹੜੀ ਹੈਗੀ ਆ ਕਿ ਸੰਯੁਕਤ ਜਿਹੜਾ ਮੋਰਚਾ ਅਕਾਲੀ ਦਲ ਦਾ ਸੰਯੁਕਤ ਅਕਾਲੀ ਦਲ ਹੈ ਜਿਹੜਾ, ਉਹਦੇ ਵਿੱਚ ਜੇ ਜਾਣ ਦੀ ਗੱਲ ਹੈ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ, ਸੰਭਵ ਹੀ ਨਹੀਂ ਹੈਗਾ, ਕਿਉਂਕਿ ਬਾਕੀ ਪਾਰਟੀਆਂ ਜੇ ਦੇਖਿਆ ਜਾਵੇ ਕਿ ਪੋਲੀਟੀਕਲ ਕੈਰੀਅਰ ਦੇ ਵਜੋਂ ਆਪਾਂ ਦੇਖ ਰਹੇ ਹਾਂ, ਕੋਈ ਕੰਮਕਾਰ ਵਜੋਂ ਨਹੀਂ ਦੇਖ ਰਹੇ ਹੈਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਜੀਵਨ ਹੈ, ਤਾਂ ਜੇ ਪੋਲੀਟੀਕਲ ਕੈਰੀਅਰ ਉਹਨਾਂ ਦਾ ਦੇਖਿਆ ਜਾਵੇ ਤਾਂ ਉਹ ਕਿਤੇ ਵੱਡਾ ਇਹਨਾਂ ਨਾਲੋਂ। ਤੇ ਜੇ ਇਹ ਆਪਣੀ ਵੱਖਰੀ ਪਾਰਟੀ ਲੈ ਕੇ ਚੱਲਦਾ ਤਾਂ ਹੋ ਸਕਦਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਰੀਜਨਲ ਪਾਰਟੀਆਂ ਛੋਟੀਆਂ ਛੋਟੀਆਂ ਬਣੀਆਂ ਹੋਈਆਂ ਨੇ, ਗਰੁੱਪ ਬਣੇ ਹੋਏ ਨੇ, ਤਾਂ ਹੋ ਸਕਦਾ ਉਹ ਕੈਪਟਨ ਦੇ ਖੇਮੇ 'ਚ ਆ ਕੇ ਇਕੱਠਾ ਕੇ ਕੋਈ ਗਰੁੱਪ ਬਣ ਜਾਵੇ। ਤੇ ਜੇ ਇਹ ਕਿਹਾ ਜਾਵੇ ਕਿ ਜਾ ਕੇ ਫਲਾਣੇ ਪਾਰਟੀ ਨਾਲ, ਖਾਸ ਕਰ ਨੈਸ਼ਨਲ ਪਾਰਟੀ ਜਿਹੜੀ ਨਾ ਹੋਵੇ ਉਹਦੇ 'ਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਕੰਮ ਕਰੂ, ਇਹ ਤਾਂ ਇਹ ਮੇਰੇ ਖਿਆਲ ਨਾਲ ਇਹ ਥੋੜ੍ਹਾ ਜਿਹਾ ਕਹਿ ਸਕੋ ਕਿ ਆਪਣੇ ਆਪ ਦਾ ਕੱਦ ਜਿਹੜਾ ਪੋਲੀਟੀਕਲ ਕੱਦ ਹੈ ਉਹ ਘਟਾਉਣ ਦੀ ਗੱਲ ਹੋਊਗੀ ਇਹ ਕੈਪਟਨ ਅਮਰਿੰਦਰ ਸਿੰਘ ਵਾਸਤੇ। ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਇਹਦਾ ਅਸਰ ਕੀ ਹੋਣਾ ਜੇ ਨਵੀਂ ਪਾਰਟੀ ਬਣਾ ਕੇ ਆਉਂਦੇ ਜਾਂ ਦੂਜੀਆਂ ਪਾਰਟੀਆਂ ਹਮਾਇਤ ਕਰ ਦਿੰਦੀਆਂ ਨੇ, ਅਸਰ ਤਾਂ ਹਰ ਇੱਕ ਬੰਦੇ ਦਾ ਹੁੰਦਾ। ਤੁਸੀਂ ਦੇਖਿਆ ਬਹੁਤ ਸਾਰੀਆਂ ਪਾਰਟੀਆਂ ਅਕਾਲੀ ਦਲ ਨਾਲੋਂ ਵੀ ਵੱਖ ਹੋ ਕੇ ਬਣੀਆਂ, ਤੇ ਉਹਨਾਂ ਨੇ ਵੋਟ ਬੈਂਕ ਨੂੰ ਖੋਰਾ ਤਾਂ ਲਾਇਆ ਹੀ ਹੈ ਨਾ ਕਿਤੇ ਨਾ ਕਿਤੇ, ਚਾਹੇ ਹੁਣ ਬੈਂਸ ਭਰਾਵਾਂ ਦੀ ਗੱਲ ਕਰ ਲਓ, ਇੱਕ ਅੱਧੀ ਸੀਟ ਇੱਕ ਦੋ ਸੀਟਾਂ ਖਿੱਚੇ ਲੈ ਜਾਂਦਾ ਬੰਦਾ ਕੋਈ ਨਾ ਕੋਈ, ਚਾਹੇ ਆਮ ਆਦਮੀ ਪਾਰਟੀ ਦੇਖੋ ਕਿੰਨਾ ਖੋਰਾ ਲਾਇਆ ਇਹਨਾਂ ਨੇ। ਗੱਲ ਮਤਲਬ ਐਂ ਹੈ ਕਿ ਕਾਂਗਰਸ ਦਾ ਆਧਾਰ ਤਾਂ ਹੈਗਾ ਹੀ ਹੈ, ਕਿ ਜਦੋਂ ਬੰਦਾ ਪੋਲੀਟੀਕਲ ਲਾਈਨ ਦੇ ਵਿੱਚ ਆ ਜਾਂਦਾ ਹੈ ਤਾਂ ਉਹਦਾ ਆਪ ਦਾ ਆਧਾਰ ਵੀ ਬਣਦਾ ਨਾ, ਆਪਦੀ ਵੋਟ ਵੀ ਹੋ ਜਾਂਦੀ ਹੈ, ਜੁੜਦੀ ਹੈ। ਤੇ ਜਦੋਂ ਆਪਦੀ ਵੋਟ ਜੁੜਦੀ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਵੋਟ ਘੱਟਦੀ ਹੋਈ ਜਾਂਦਾ ਪਾਰਟੀ ਦੇ ਵਿੱਚੋਂ। ਤੇ ਹੁਣ ਇਹਦੇ ਨਾਲ ਜਿੱਦਾਂ
ਕੈਪਟਨ ਅਮਰਿੰਦਰ ਸਿੰਘ ਆਪਣੀ ਜੇਬ ਦੇ ਵਿੱਚ 24-25 MLA ਲਈ ਫਿਰਦੇ ਨੇ, ਜੇ ਕਿਤੇ ਉਹ ਨਾਲ ਰਲ ਕੇ ਚੱਲ ਦਿੰਦੇ ਨੇ, ਇੱਕ ਤਾਂ ਸਰਕਾਰ ਨੂੰ ਵੀ ਖਤਰਾ ਹੋਊਗਾ, ਦੂਜਾ ਉਹਨਾਂ ਦਾ ਆਪਦਾ ਵੋਟ ਬੈਂਕ ਤਾਂ ਹੈ ਨਾ ਕਿਤੇ ਨਾ ਕਿਤੇ। ਜੇ ਜੇ ਫੇਸ ਹੁਣ ਅੱਜ ਲੋਕ ਮੰਗਦੇ ਨੇ ਕਿ CM ਦਾ ਫੇਸ ਦਿਓ ਜੀ, CM ਦਾ ਫੇਸ ਕਿਉਂ ਮੰਗਦੇ ਨੇ? ਉਸਦਾ ਅਕਸ ਹੈ ਜਿਹੜਾ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੁੰਦਾ, ਉਹਦੇ ਨਾਲ ਜੋ ਵੋਟ ਜੁੜੀ ਹੁੰਦੀ ਹੈ ਪਾਰਟੀ ਲੈਵਲ ਤਾਂ, ਹੁਣ ਪਾਰਟੀ ਲੈਵਲ ਹੈ, ਫੇਸ ਦੀ ਕੀ ਲੋੜ ਰਹੀ? ਜੇ ਆਹੀ ਗੱਲ ਹੋਵੇ ਪਾਰਟੀ ਦੀ ਵੋਟ ਹੈ ਤਾਂ ਪਾਰਟੀ ਦੀ ਹੈਗੀ ਹੈ, ਫਿਰ ਫੇਸ ਆਵੇ ਨਾ ਆਵੇ ਕੋਈ, ਲੇਕਿਨ ਫੇਸ ਹੁਣ ਫੇਸ ਦੀ ਗੱਲ ਹੋਣ ਲੱਗ ਗਈ ਹੈ। ਸੋ ਉਹ ਫੇਸ ਵੀ ਹੈਗੇ ਨੇ ਇਹਨਾਂ ਕੋਲ ਜਿਹੜੇ ਜਿਹੜੇ ਵੋਟ ਬੈਂਕ ਨੂੰ ਖੋਰਾ ਲਾਉਣਗੇ ਹੋਰਨਾਂ ਪਾਰਟੀਆਂ ਦੀ ਨੂੰ ਵੀ, ਔਰ ਖਾਸ ਕਰ ਕਾਂਗਰਸ ਦੀ ਨੂੰ ਵੀ। ਅਤੇ ਜਿੱਦਾਂ ਕਿਹਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਾ ਕਿ ਨਵਜੋਤ ਸਿੰਘ ਸਿੱਧੂ ਨੂੰ ਜਿੱਤਣ ਨਹੀਂ ਦਿੰਦਾ, ਅਤੇ ਉਹ ਕਿਸੇ ਬੇਸ 'ਤੇ ਹੀ ਕਹਿ ਰਹੇ ਹੋਣਗੇ ਨਾ, ਜੇਤਲੀ ਨੂੰ ਹਰਾਇਆ ਉੱਥੇ ਜਾ ਕੇ ਅੰਮ੍ਰਿਤਸਰ ਦੇ ਵਿੱਚ, ਤਾਂ ਪਟਿਆਲੇ ਦੇ ਵਿੱਚ ਇਹਨਾਂ ਦਾ ਆਪਣਾ ਘਰਾਣਾ ਹੈਗਾ, ਦੋਵਾਂ ਥਾਵਾਂ ਦੇ ਉੱਤੇ ਉਹ ਚਾਹਵਾਨ ਆ, ਜਾਂ ਤਾਂ ਅੰਮ੍ਰਿਤਸਰ ਖੜੂਗਾ ਜਾਂ ਇੱਥੇ ਖੜੂਗਾ। ਅਤੇ ਜੇ ਜੇ ਇਹ ਗੱਲ ਹੁੰਦੀ ਹੈ ਤਾਂ ਪਤਾ ਹੈ ਕਿ ਲੋਕ ਜੁੜੇ ਹੋਏ ਹੈਗੇ ਨੇ ਕਿਤੇ ਨਾ ਕਿਤੇ, ਆਪਦਾ ਵੋਟ ਬੈਂਕ ਵੀ ਹੈਗਾ ਜਿਹੜਾ ਖੁਰਾ ਲਾਏਗਾ ਪਾਰਟੀ ਨੂੰ। ਸੋ ਆਹੀ ਇੱਕ ਪ੍ਰਭਾਵ ਆ ਜਿਹੜਾ ਉਹ ਸਭ ਤੋਂ ਵੱਡਾ ਹੀ ਹੈ, ਇਹੀ ਪਾ ਸਕਦਾ ਹੈ। ਅੱਛਾ ਪਰਮਿੰਦਰ ਜੀ, ਇੱਕ ਚੀਜ਼ ਹੋਰ ਹੈ, ਜਿੱਥੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਕਿਸਾਨ ਨੇ ਜਿਹੜੇ ਲਗਾਤਾਰ ਬੀਜੇਪੀ ਦੇ ਵਿਰੋਧ ਦੇ ਵਿੱਚ ਡਟੇ ਹੋਏ ਨੇ, ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕਰ ਰਹੇ ਨੇ, ਤਾਂ ਕਿਤੇ ਨਾ ਕਿਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਨਾਰਾਜ਼ ਹੋਏ ਨੇ, ਉਹਨਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਕੈਪਟਨ ਸਾਹਿਬ ਜਦੋਂ ਮੁੱਖ ਮੰਤਰੀ ਸਨ ਉਦੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਬਹੁਤੀ ਉਹਨਾਂ ਨੇ ਕੀਤੀ ਨਹੀਂ, ਤੇ ਹੁਣ ਉਹ ਕਰ ਰਹੇ ਨੇ, ਉਹ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ? ਦੇਖੋ, ਰਾਜਨੀਤੀ ਕਰਨੀ ਅੰਦੋਲਨ ਦੇ ਨਾਂ ਤੇ, ਇਹ ਤਾਂ ਗੱਲ ਮਾੜੀ ਹੈਗੀ ਆ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਜੀ। ਜੇ ਰਾਜਨੀਤਿਕ ਲੋਕ ਜਾਂ ਰਾਜਸੀ ਪਾਰਟੀਆਂ, ਖਾਸ ਕਰ BJP ਜਾਂ ਅਕਾਲੀ ਦਲ ਜਾਂ ਹੋਰ ਕੋਈ ਪਾਰਟੀ, ਜੇ ਇਹ ਤੋਹਮਤ ਲਾ ਸਕਦੇ ਨੇ ਕਿਸਾਨਾਂ ਦੇ ਉੱਤੇ ਕਿ ਇਹ ਰਾਜਨੀਤੀ ਕਰ ਰਹੇ ਨੇ ਅਤੇ ਰਾਜਨੀਤੀ ਵਿੱਚ ਆਉਣ ਦੇ ਚਾਹਵਾਨ ਨੇ, ਠੀਕ ਹੈ, ਸਿਆਸਤ ਖੇਡ ਰਹੇ ਨੇ ਅੰਦੋਲਨ ਦੇ ਨਾਂ 'ਤੇ, ਸਿਆਸੀ ਪੱਤਾ ਖੇਡ ਰਹੇ ਨੇ, ਤਾਂ ਜਿਹੜੇ ਜਿਹੜੇ ਸਿਆਸਤੀ ਬੰਦੇ ਨੇ, ਜਿਹੜੇ ਸਿਆਸੀ ਬੰਦੇ ਨੇ, ਉਹ ਵੀ ਤਾਂ ਹੁਣ ਮੋਰਚੇ ਦਾ ਨਾਂ ਵਰਤ ਕੇ ਆਪਣੀ ਖੇਡ ਖੇਡ ਰਹੇ ਨੇ, ਅਤੇ ਉਹਦਾ ਵਿਰੋਧ ਤਾਂ ਹੋਣਾ ਹੀ ਹੋਣਾ। ਜੇ ਜਦੋਂ ਮੁੱਖ ਮੰਤਰੀ ਸੀਗੇ ਉਦੋਂ ਗੱਲਬਾਤ ਹੋਰ ਹੋਣੀ ਸੀ, ਅਤੇ ਹੁਣ ਪਤਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਇਹਨਾਂ ਦੀ ਹਮਾਇਤ ਜਾਂ ਇਹਨਾਂ ਦੀ ਹਮਦਰਦੀ ਪ੍ਰਾਪਤ ਕਰਾਂ ਲੋਕਾਂ ਦੇ ਵਿੱਚ, ਇਹ ਚੀਜ਼ ਜਾਵੇ ਕੈਪਟਨ ਅਮਰਿੰਦਰ ਸਿੰਘ ਜਾ ਕੇ ਮਿਲਿਆ ਜੀ, ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਕੇਂਦਰ ਨਾਲ ਗੱਲ ਕਰ ਲਈ, ਕਰਨੀ ਤਾਂ ਚੰਨੀ ਹੋਰਾਂ ਨੂੰ ਚਾਹੀਦੀ ਸੀ, CM ਨੇ ਪੰਜਾਬ ਦੇ ਜਾਂ ਨਵਜੋਤ ਸਿੰਘ ਸਿੱਧੂ ਨੂੰ ਚਾਹੀਦੀ ਸੀ, ਪ੍ਰਧਾਨ ਨੇ ਪੰਜਾਬ ਦੇ, ਕੈਪਟਨ ਅੱਜ ਕੁਛ ਵੀ ਨਹੀਂ ਹੈਗਾ, ਇੱਕ MLA ਆ ਉਹ ਜਾ ਕੇ ਗੱਲ ਕਰ ਰਿਹਾ, ਉਹ ਗੱਲ ਵੱਖਰੀ ਹੈ ਕਿ ਸੰਦੇਸ਼ਾ ਹੋਰ ਹੈ, ਉਹਦੇ ਪਿੱਛੇ ਮਕਸਦ ਮਿਲਣੀ ਦੇ ਪਿੱਛੇ ਹੋਰ ਹੈ ਜੀ, ਪਰ ਲੋਕਾਂ ਦੇ ਵਿੱਚ ਸੰਦੇਸ਼ ਜਿਹੜਾ ਜਾਣਾ ਉਹ ਇਹ ਜਾ ਰਿਹਾ, ਤੇ ਜਿਹਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਕੱਲੇ ਕੈਪਟਨ ਵਾਸਤੇ ਥੋੜ੍ਹੀ ਹੈ, ਕੋਈ ਵੀ ਪਾਰਟੀ ਦਾ ਬੰਦਾ ਜੇ ਅੱਜ ਜੇ ਗੱਲ ਕਰਦਾ ਬਈ ਮੈਂ ਜਾ ਕੇ ਗੱਲ ਕਰ ਲਈ ਇਕੱਲੇ ਨੇ, ਤਾਂ ਉਹ ਮਾੜੀ ਗੱਲ ਹੈ ਨਾ। ਠੀਕ ਹੈ, ਜੇ ਕਿਸੇ ਦਾ ਆਧਾਰ ਹੈਗਾ ਕੋਈ, ਤੁਸੀਂ ਚਾਹੁੰਦੇ ਹੋ ਕਿ ਰੱਦ ਹੋਣ, ਤਾਂ ਪਬਲਿਕਲੀ ਗੱਲ ਕਰੋ। ਮੈਂ ਕਹਿੰਦਾ ਮੀਟਿੰਗਾਂ ਵੀ ਕਰਵਾਓ ਤੁਸੀਂ, ਕਿਸਾਨਾਂ ਨਾਲ ਮੀਟਿੰਗਾਂ ਵੀ ਕਰਵਾਓ, ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਉਹ ਵੱਖਰੀ ਗੱਲ ਹੈ। ਪਰ ਜਦੋਂ ਇਹਨਾਂ ਕੋਲ ਤਾਂ ਮੌਕਾ ਸੀ ਨਾ, ਸਵਾਲ ਤਾਂ ਉੱਠ ਰਿਹਾ, ਇਹਨਾਂ ਕੋਲ ਉਸ ਤਰ੍ਹਾਂ ਦੀ ਪੋਸਟ ਸੀਗੀ, ਇੱਕ ਸੂਬੇ ਦਾ CM ਹੋਵੇ ਅਤੇ ਉਹ ਜਦੋਂ CMship ਛੱਡ ਦੇਵੇ ਉਹ ਤੋਂ ਬਾਅਦ ਜਾ ਕੇ ਗੱਲ ਕਰੇ, ਉਹ ਕਿਤੇ ਨਾ ਕਿਤੇ ਸਵਾਲ ਪੈਦਾ ਕਰਦੀ ਹੈ। ਬਾਕੀ ਤਾਂ ਵੈਲਕਮ ਤਾਂ ਸਾਰਿਆਂ ਨੂੰ ਹੁੰਦਾ ਨਾ ਕਿ ਜਾ ਕੇ ਕਾਨੂੰਨ ਰੱਦ ਕਰਾਉਣ ਦਾ, ਕੋਈ ਵੀ ਕਰਾ ਸਕਦਾ, ਕਰਾਵੇ ਜਾ ਕੇ, ਚਾਹੁੰਦੇ ਤਾਂ ਇਹੀ ਨੇ, ਕਿਸਾਨ ਵੀ ਚਾਹੁੰਦੇ ਨੇ, ਪਰ ਜਦੋਂ ਸਵਾਲ ਤਾਂ ਉੱਠਦੇ ਨੇ ਜਦੋਂ ਮੌਕਾ ਸੀ ਉਦੋਂ ਕੀਤੀ ਨਹੀਂ, ਹੁਣ ਜਾ ਕੇ ਗੱਲ ਕਰੀ ਜਾ ਰਹੀ ਹੈ, ਮਕਸਦ ਹੋਰ ਹੈ ਉਹਦੇ ਪਿੱਛੇ ਅਤੇ ਸਿਆਸਤ ਖੇਡੀ ਜਾ ਰਹੀ ਹੈ ਜੀ, ਆਹੀ ਗੱਲ ਹੈ ਜੀ। ਪਰਮਿੰਦਰ ਜੀ, ਇੱਕ ਚੀਜ਼ ਹੋਰ ਹੈ ਕਿ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬੈਠੀ ਹੈ, ਤਾਂ ਇੱਕ ਪਾਸੇ ਜਿੱਥੇ 6 ਗਰੰਟੀਆਂ ਦਾ ਸਿਹਤ ਦੇ ਸੰਬੰਧੀ ਐਲਾਨ ਕਰਕੇ ਕੇਜਰੀਵਾਲ ਸਾਹਿਬ ਗਏ ਹੈ, ਤੇ ਹੁਣ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰਾਂ ਨੇ ਨਵੀਂ ਜਾਣਕਾਰੀ ਦਿੱਤੀ ਹੈ ਕਿ ਇੱਕ ਮੁਹਿੰਮ ਵੀ ਚਲਾਈ ਜਾਵੇਗੀ ਜਿਸ ਦੇ ਵਿੱਚ ਪਿੰਡਾਂ ਦੇ ਵਿੱਚ ਜਾਇਆ ਜਾਵੇਗਾ ਤੇ ਘਰ ਘਰ ਮੁਹੱਲਿਆਂ ਦੇ ਵਿੱਚ ਜਾ ਕੇ ਸੰਵਿਧਾਨ ਦੇ ਬਾਰੇ ਜਾਣੂ ਕਰਵਾਇਆ ਜਾਏਗਾ, ਜੋ ਅੰਬੇਡਕਰ ਸਾਹਿਬ ਦੇ ਸੁਪਨੇ ਸੀ ਉਹਨਾਂ ਨੂੰ ਪੂਰਨ ਕਰਨ ਲਈ ਉਹਨਾਂ ਦੇ ਦਾਵਾ ਵੀ ਕੀਤਾ ਕਿ ਕੇਜਰੀਵਾਲ ਇਕਲੌਤੇ ਅਜਿਹੇ ਵਿਅਕਤੀ ਨੇ ਜਿਹੜੇ ਕਿ ਅੰਬੇਡਕਰ ਦੇ ਸਾਹਿਬ ਦੇ ਜਿਹੜੇ ਸੁਪਨੇ ਸੀ ਉਹਨਾਂ ਨੂੰ ਪੂਰਾ ਕਰ ਸਕਦੇ ਨੇ। ਇਸ ਮੁਹਿੰਮ ਨੂੰ ਵੀ ਕੇਜਰੀਵਾਲ ਤੇ ਅੰਬੇਡਕਰ ਸਾਹਿਬ ਨਾਲ ਜੋੜ ਕੇ ਦਿੱਤਾ ਗਿਆ, ਤੇ ਇਸ ਮੁਹਿੰਮ ਦਾ ਤੁਸੀਂ ਕੀ ਮੰਨਦੇ ਹੋ ਕਿ ਕਿੰਨਾ ਕੁ ਅਸਰ 2022 ਦੇ ਵਿੱਚ ਪਏਗਾ ਕਿ ਇੱਕ ਪਹਿਲਾਂ ਵੀ ਮੁਹਿੰਮ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਕੈਪਟਨ ਸਰਕਾਰ ਸੀ ਹੁਣ ਉਹ ਤਬਦੀਲ ਹੋ ਗਈ ਹੈ, ਚੰਨੀ ਸਰਕਾਰ ਬਣ ਗਈ ਹੈ, ਉਹ ਪੰਜਾਬ ਸਰਕਾਰ ਦੀ ਜਿਹੜਾ ਫੇਲੀਅਰ ਹੈ ਉਸ ਨੂੰ ਲੋਕਾਂ ਤੱਕ ਪਹੁੰਚਾਏਗੀ, ਇਸੇ ਤਰ੍ਹਾਂ ਦੀ ਹੂ ਬਹੂ ਮੁਹਿੰਮ ਸੀ ਤੇ ਹੁਣ ਇੱਕ ਇਹ ਚੱਲੀ ਹੈ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਮੁਹਿੰਮਾਂ ਦਾ ਆਮ ਆਦਮੀ ਪਾਰਟੀ ਨੇ ਬਥੇਰੀਆਂ ਚਲਾਈਆਂ ਨੇ, ਉਹਨਾਂ ਦੇ ਉੱਤੇ
ਕਿੰਨਾ ਕੁ ਅਸਰ ਹੋਇਆ ਲੋਕਾਂ ਦਾ ਉਹ ਵੀ ਚਲੋ ਪਤਾ ਹੈ, ਇਹਨਾਂ ਨੂੰ ਵੀ ਪਤਾ ਹੈ, ਸਭ ਨੂੰ ਪਤਾ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਲੋਕਾਂ ਨੂੰ ਜਾਗਰੂਕ ਕਰਨਾ, ਸਿੱਖਿਅਤ ਕਰਨਾ ਕੋਈ ਮਾੜੀ ਗੱਲ ਨਹੀਂ ਜੀ, ਸਿੱਖਿਅਤ ਕਰਨਾ ਵੀ ਚਾਹੀਦਾ। ਇਹ ਵੀ ਕੋਈ ਕਿਸੇ ਨੇ ਠੇਕਾ ਨਹੀਂ ਲਿਆ ਕਿ ਇਹਨਾਂ ਦਾ ਹੀ ਕੰਮ ਹੈ। ਸਿੱਖਿਅਤ ਤਾਂ ਕੋਈ ਵੀ ਬੰਦਾ ਕਰੇ, ਅੱਛੇ ਲਈ ਕਰੇ, ਜਿਹਦੇ ਨਾਲ ਸਮਾਜ ਦਾ ਤੇ ਲੋਕਾਂ ਦਾ ਭਲਾ ਹੁੰਦਾ, ਉਹਦੇ ਵਿੱਚ ਮਾੜੀ ਗੱਲ ਕੋਈ ਨਹੀਂ ਹੈਗੀ। ਲੇਕਿਨ ਜਿਹੜਾ ਇੱਕ ਆਹ ਗੱਲ ਕੀਤੀ ਜਾਂਦੀ ਹੈ ਨਾ, ਜਦੋਂ ਕੋਈ ਇੱਕ ਖਾਸ ਭਾਈਚਾਰੇ ਨਾਲ ਜੁੜੇ ਹੋਏ ਬੰਦਿਆਂ ਦੀ ਗੱਲ ਕਰੀ ਜਾਂਦੀ ਹੈ, ਤਾਂ ਉਹਦੇ ਵਿੱਚ ਸਿਆਸਤ ਜਿਹੜੀ ਹੈਗੀ ਉਹ ਚਮਕਦੀ ਹੈ ਜੀ। ਹੁਣ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਦੇਖੋਗੇ BSP ਵਗੈਰਾ ਕੀ ਨੇ ਜੀ, ਇਹੀ ਨੇ, ਉਹ ਬਸ ਪੱਤਾ ਖੇਡ ਦਿੰਦੇ ਨੇ ਵੀ ਅਸੀਂ ਹੀ ਹਾਂ, ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰਨ ਵਾਲੇ ਅਸੀਂ ਹੀ ਹਾਂ, ਅਸੀਂ ਹੋਰ ਉਹਦੇ ਕਿੰਨੇ ਮੋਰਚੇ ਫਲਾਣਾ ਢੀਂਗੜਾ ਪਾਰਟੀਆਂ ਬਣ ਗਈਆਂ, ਬਾਬਾ ਸਾਹਿਬ ਦਾ ਨਾਂ ਲੈ ਕੇ ਸਾਰੇ ਹੁਣ ਉਸ ਭਾਈਚਾਰੇ ਨੂੰ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਨੇ। ਆਹ ਗੱਲ ਮਾੜੀ ਹੈ ਜੀ। ਬਾਬਾ ਸਾਹਿਬ ਨੇ ਕਿਸੇ ਇੱਕ ਭਾਈਚਾਰੇ ਲਈ ਥੋੜੀ ਸੰਵਿਧਾਨ ਬਣਾਇਆ ਜੀ, ਕਿੱਥੇ ਲਿਖਿਆ ਹੈ ਵੀ ਇਹ ਇਸ ਭਾਈਚਾਰੇ ਵਾਸਤੇ ਹੀ ਹੈ, ਇਕੱਲਾ ਇਸੇ ਭਾਈਚਾਰੇ ਨੂੰ ਜਾ ਕੇ ਤੁਸੀਂ ਫਾਇਦਾ ਦੇਣਾ ਬਸ ਜਾ ਕੇ, ਹੈ ਨਾ। ਸੰਵਿਧਾਨ ਤਾਂ ਸਭ ਦੇ ਲਈ ਬਰਾਬਰ ਹੈ, ਕਿੱਥੇ ਲਿਖਿਆ ਭਾਈ ਕਿਸੇ ਇੱਕ ਖਾਸ ਕਮਿਊਨਿਟੀ ਨੂੰ ਜਾਂ ਖਾਸ ਧਰਮ ਨੂੰ ਜਾਂ ਖਾਸ ਜਾਤ ਪਾਤ ਨੂੰ ਇਹ ਸੰਵਿਧਾਨ ਮਾਨਤਾ ਦਿੰਦਾ, ਬਾਕੀਆਂ ਨੂੰ ਪਿੱਛੇ ਰੱਖਦਾ? ਕਿਤੇ ਵੀ ਨਹੀਂ ਹੈਗਾ ਸੰਵਿਧਾਨ। ਹੈ ਜੇ ਹੁੰਦਾ ਇੱਦਾਂ ਦਾ ਤਾਂ ਮਨੁਵਾਦੀ ਸੋਚ ਵਾਲੇ ਬਥੇਰੇ ਲੋਕਾਂ ਨੇ ਰਾਜ ਕਰਿਆ ਹੈ ਦੇਸ਼ ਤੇ, ਉਹ ਕਦੋਂ ਦੇ ਬਦਲ ਦਿੰਦੇ? ਤੁਹਾਡੇ ਨਾਲ ਕਿਤੇ ਸਿਆਣੇ ਨੇ ਉਹ ਜਿਹੜੇ ਅੱਜ ਰੌਲਾ ਪਾਉਂਦੇ ਨੇ ਨਾ ਜੀ, ਇੱਦਾਂ ਨਹੀਂ ਸੰਵਿਧਾਨ ਐਂ ਹੋਊਗਾ ਜੀ, ਬਾਬਾ ਸਾਹਿਬ ਨੇ ਐਂ ਕਰਦਾ, ਅੰਬੇਦਕਰ ਨੇ ਇੱਦਾਂ ਕੀਤਾ। ਮੈਂ ਕਹਿ ਰਿਹਾ ਗੱਲ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਕਮਾਂਡ ਰਹੀ ਹੈ, ਉਹ ਕੁਛ ਵੀ ਕਰ ਸਕਦੇ ਸੀਗੇ। ਹੁਣ ਨਹੀਂ ਚੇਂਜ ਹੋ ਰਿਹਾ, ਹੁਣ ਨਹੀਂ ਐਕਟ ਬਣ ਰਹੇ, ਆ ਤਿੰਨ ਕਾਨੂੰਨ ਬਣੇ ਨੇ, ਇਹ ਕਿਵੇਂ ਬਣ ਗਏ? ਜੇ ਉਹਨਾਂ ਨੂੰ ਜੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਅਟੈਕ ਹੁੰਦਾ ਕਿ ਉਹਨਾਂ ਦੀ ਗੱਲ ਪਿੱਛੇ ਰੱਖੀ ਜਾਂਦੀ ਜਾਂ ਬਰਾਬਰ ਨਾ ਲਿਆ ਕੇ, ਫਿਰ ਜਾਂ ਕਿਸੇ ਇੱਕ ਖਾਸ ਕਮਿਊਨਿਟੀ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਹੋਈ ਹੁੰਦੀ, ਤਾਂ ਉਹ ਕਦੋਂ ਦਾ ਸੰਵਿਧਾਨ ਨੂੰ ਚੇਂਜ ਕਰ ਦਿੰਦੇ? ਫਿਰ ਗੱਲਾਂ ਨੇ ਇਹ ਇੱਦਾਂ, ਆਪਾਂ ਹੁਣ ਜੋ ਮਰਜ਼ੀ ਕਹੀ ਜਾਓ ਕਿ ਇੰਨਾ ਸੌਖਾ ਥੋੜ੍ਹੀ ਹੈ ਜੀ, ਫਲਾਣਾ ਹੈ ਜੀ, ਇਹ ਗੱਲਾਂ ਨੇ। ਸਿਰਫ ਜਦੋਂ ਕਰਨ 'ਤੇ ਆ ਜਾਂਦਾ ਬੰਦਾ, ਉਹ ਕਰ ਹੀ ਦਿੰਦਾ। ਪਾਵਰ ਹੱਥ 'ਚ ਹੁੰਦੀ, ਜਦੋਂ ਪਾਵਰ ਉਹਨਾਂ ਦੇ ਹੱਥ 'ਚ ਹੁੰਦੀ ਹੈ, ਫਿਰ ਉਹ ਕੁਛ ਵੀ ਕਰ ਸਕਦੇ ਨੇ, ਔਰ ਕੀਤਾ ਵੀ ਹੈਗਾ। ਕਿਉਂ ਨਹੀਂ ਕੀਤਾ? ਪੰਜਾਬ ਦਾ ਉਸ ਗੱਲ ਦਾ ਸਬੂਤ ਹੈ। ਪੰਜਾਬ 'ਚ ਐਸੀ ਕਿਹੜੀ ਗੱਲ ਨਹੀਂ ਹੋਈ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹੋ ਨਹੀਂ ਸਕਦੀ? ਉਹ ਪੰਜਾਬ ਨਾਲ ਹੋਈ ਹੈ, ਪਰੂਫ ਨੇ ਬਕਾਇਦਾ ਤੌਰ 'ਤੇ। ਸੋ ਇਹ ਗੱਲਾਂ ਮਨ ਦੀ ਸੰਤੁਸ਼ਟੀ ਵਾਸਤੇ ਹੁੰਦੀਆਂ ਨੇ, ਪਰ ਇੱਦਾਂ ਵਰਤਿਆ ਜਾਂਦਾ, ਇਸ ਤਰ੍ਹਾਂ ਭਾਈਚਾਰਿਆਂ ਨੂੰ ਵਰਤਿਆ ਜਾਂਦਾ, ਜਾਤਾਂ ਨੂੰ ਨਾਮ ਲੈ ਕੇ ਵਰਤਿਆ ਜਾਂਦਾ, ਧਰਮਾਂ ਦੇ ਨਾਮ ਲੈ ਕੇ ਵਰਤਿਆ ਜਾਂਦਾ, ਅਤੇ ਵੋਟ ਬੈਂਕ ਨੂੰ ਪੱਕਾ ਕਰਨ ਦੀ ਗੱਲ ਕਰੀ ਜਾਂਦੀ ਹੈ। ਸਿੱਖਿਅਤ ਕਰਨਾ ਹੋਰ ਗੱਲ ਹੁੰਦੀ ਹੈ, ਵੋਟਾਂ ਨੇੜੇ ਆ ਕੇ ਇੱਦਾਂ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਆਧਾਰ ਬਣਾਉਣਾ ਕਿਸੇ ਜਾਤ ਭਾਈਚਾਰੇ ਦੇ ਨਾਂ ਤੇ, ਉਹ ਵੱਖਰੀ ਗੱਲ ਹੈ, ਸਿਆਸਤ ਹੁੰਦੀ ਹੈ ਜੀ। ਜੀ ਜੀ ਪਰਮਿੰਦਰ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ ਜੀ। ਸੁਖਵਿੰਦਰ ਜੀ ਧੰਨਵਾਦ। ਇਹ ਸਨ ਸਾਡੇ ਨਾਲ ਪਰਮਿੰਦਰ ਸਿੰਘ ਰਾਏਪੁਰ ਜੀ, ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ।